ਕਰਨ ਦੇ ਧੰਨਵਾਦ ਦੇ ਅੰਦਰ ਜਦੋਂ ਮੈਂ ਗਿਆ ਮੈਂ ਮੰਚ ਤੋਂ ਲੋਕਾਂ ਨੂੰ ਕਿਹਾ ਸੀ ਉਦੋਂ ਮੈਂ ਕਿਹਾ ਮੈਂ ਤੁਹਾਨੂੰ ਮੇਰਾ ਅਸਲੀ ਚਿਹਰਾ ਦਿਖਾਉਂਗਾ ਕਿਉਂਕਿ ਮੈਂ ਇਹਨੂੰ ਨਿੱਜੀ ਤੌਰ ਤੇ ਜਾਣਦਾ ਜਦੋਂ ਨਿਰਪ੍ਰੀਤ ਕੌਰ ਦਾ ਇਹ ਕੇਸ ਚੱਲਦਾ ਪਿਆ ਸੀ ਔਰ ਆਪਾਂ ਪੋਕਟ ਤਾਲ ਤੇ ਮਾਨੀ ਨਿਰਪ੍ਰੀਤ ਕੌਰ ਸਾਡੀ ਭੈਣ ਬੈਠੀ ਸੀ ਮੇਰਾ ਦਿਨ ਪਰਿਚੈ ਹੋਇਆ ਉਸ ਵੇਲੇ ਮੇਰੇ ਨਾਲ ਉਦੋਂ ਗੱਲਬਾਤ ਹੋਈ ਮੈਂ ਉਦੋਂ ਹੀ ਨੂੰ ਭਾਪ ਗਿਆ ਇਹਦਾ ਮਕਸਦ ਕੇਵਲ ਔਰ ਕੇਵਲ ਛਲ ਕਰਨਾ ਹੈ ਫਰਾਡ ਕਰਨਾ ਹੈ ਮੈਨੂੰ ਕੱਲ ਮੀਡੀਆ ਦੇ ਦੋਸਤ ਕਹਿੰਦੇ ਜੀ ਤੁਸੀਂ ਬੜਾ ਉੱਚੀ ਉੱਚੀ ਕਹਿੰਦੇ ਪਏ ਜੀ ਮੈਂ ਉਹਨਾਂ ਨੂੰ ਕਿਹਾ ਮੇਰੇ ਅੰਦਰ ਇਸ ਗੱਲ ਦਾ ਦੁੱਖ ਹੈ ਮੇਰੇ ਅੰਦਰ ਜ਼ਖਮ ਹੈ ਇਸ ਗੱਲ ਦੇ ਮੈਨੂੰ ਇਹ ਰੱਬਦਾ ਹੈ ਇੱਕ ਬੜਾ ਸਾਹਮਣੇ ਬਹਿ ਕੇ ਛਲ ਕਰੀ ਜਾ ਰਿਹਾ ਔਰ ਮੈਂ ਕੁਝ ਨਹੀਂ ਕਰ ਪਾ ਰਿਹਾ ਇਸ ਗੱਲ ਦਾ ਮੇਰੇ ਅੰਦਰ ਗੁਵਾਰ ਹੈ ਮੇਰੇ ਅੰਦਰ ਦਰਦ ਹੈ ਇਸ ਗੱਲ ਦਾ ਮੇਰੇ ਵੀਰੋ ਮੈਨੂੰ ਕਿਸ ਸ਼ਕਲ ਦੇ ਨਾਲ ਮੈਂ ਉਹਨਾਂ ਲੋਕਾਂ 'ਚ ਜਾਊਂਗਾ ਲੋਕਾਂ ਦੇ ਅੰਦਰ ਝੂਠ ਬੋਲ ਕੇ ਲੋਕਾਂ ਨੂੰ ਇਹਨੇ ਕਿਹਾ ਮੈਂ ਤੁਹਾਨੂੰ ਚੁੱਕਿਆਂ ਦੇ ਮਕਾਨ ਦੇਵਾਂਗਾ ਮੈਂ ਉਹਨੂੰ ਕੱਲ ਗੱਲ ਕਹੀ ਹਾਊਸ ਦੇ ਅੰਦਰ ਮੈਂ ਕਿਹਾ ਕੇਜਰੀਵਾਲ ਜੀ ਮੈਨੂੰ ਬੜੀ ਖੁਸ਼ੀ ਹੁੰਦੀ ਮੈਂ ਤੁਹਾਨੂੰ ਆਪਣੀ ਗੱਡੀ ਦੇ ਅੰਦਰ ਤੁਹਾਡੇ ਨਵੇਂ ਘਰ 'ਚ ਛੱਡਣ ਦਾ ਤੁਹਾਨੂੰ ਨਮਨ ਕਰਦਾ ਉੱਥੇ ਜੇਕਰ ਤੁਸੀਂ ਆਪਣੇ ਵਾਅਦਾ ਪਹਿਲਾਂ ਪੂਰਾ ਕੀਤਾ ਹੁੰਦਾ ਗਰੀਬਾਂ ਦੀ ਦੁਖੀਆਂ ਦੀ ਥਾਂ ਤੇ ਪਹਿਲਾਂ ਮੈਨੂੰ ਮਾਂ 'ਚ ਛੱਡ ਕੇ ਆਉਂਦੇ ਫਿਰ ਤੁਸੀਂ ਆਪਣੇ ਮਕਾਨ 'ਚ ਆਉਂਦੇ ਮੈਂ ਜ਼ਿੰਦਗੀ ਭਰ ਤੁਹਾਡੀ ਗੁਲਾਮੀ ਕਰਦਾ ਮੈਨੂੰ ਖੁਸ਼ੀ ਹੁੰਦੀ ਮੈਂ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਕਹਿੰਦਾ ਮੈਂ ਕੇਜਰੀਵਾਲ ਜੀ ਚੰਗੇ ਨੇ ਭਾਈ ਹੁਣ ਮੈਂ ਕਿਉਂ ਤੁਸੀਂ ਫਰਾਡ 'ਚ ਹੁਣ ਫਰਾਡ ਨੂੰ ਫਰਾਡ ਨਾ ਕਹੀਏ ਤੇ ਕੀ ਕਹੀਏ ਫਿਰ ਦੇਖੋ ਇਸ ਆਦਮੀ ਦੀ ਫਿਤਰਤ ਦੇਖੋ ਮੈਂ ਕਿਉਂ ਗੱਲ ਕਰ ਰਿਹਾ ਮੈਂ ਤੁਹਾਨੂੰ ਤਾਂ ਦੱਸ ਰਿਹਾ ਏ ਤੁਸੀਂ ਸੋਚੋਗੇ ਆਪਣਾ ਧੰਨਵਾਦ ਕਰਨ ਆਇਆ ਤੇ ਗੱਲ ਉਹਦੀ ਕਰਦਾ ਕਿ ਕਿਉਂ ਕਰਦਾ ਪਿਆ ਇਹ ਸਾਰੀ ਗੱਲ ਕਰਨ ਤੋਂ ਬਾਅਦ ਦੱਸੂਗਾ ਕਿਉਂ ਕਰਦਾ ਪਿਆ।